ਕਿਸਾਨ ਦੋਸਤੋ 9 ਅਗਸਤ 2021 ਤੱਕ ਆਪਾਂ ਮੌਸਮ ਦੇਖਦੇ ਹਾਂ ਕਿ ਕਿਸ ਤਰੀਕੇ ਦਾ ਮੌਸਮ ਰਹੇਗਾ ਆਪਣੇ ਉੱਤਰ ਪੱਛਮ ਭਾਰਤ ਦੇ ਵਿੱਚ। ਠੀਕ ਹੈ ਜੀ, ਤਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 6 ਅਗਸਤ 2021 ਹੈ। ਆਹ ਤੁਸੀਂ ਏਰੀਆ ਸਾਰਾ ਦੇਖ ਰਹੇ ਹੋ, ਇਸ ਏਰੀਆ ਚੰਗੀ ਵਰਖਾ ਸਵੇਰ ਦੇ ਟਾਈਮ ਦੇਖਣ ਨੂੰ ਮਿਲੀ ਹੈ। ਇਹ ਖਾਸ ਕਰਕੇ ਸਾਡਾ ਏਰੀਆ ਵੀ ਇਹਦੇ ਵਿੱਚ ਸ਼ਾਮਿਲ ਹੈ, ਇਹ ਫਿਰੋਜ਼ਪੁਰ ਦਾ ਏਰੀਆ। ਤਾਂ ਸਾਡੇ ਏਰੀਏ ਦੇ ਵਿੱਚ ਵੀ ਜਿਹੜਾ ਚੰਗੀ ਵਰਖਾ ਹੋਈ ਹੈ, ਜਿਹਨੇ ਵੱਟਾਂ ਤੋੜ ਦਿੱਤੀਆਂ ਅਤੇ ਕਾਫ਼ੀ ਵਰਖਾ ਚੰਗੀ ਵਰਖਾ ਸੀਗੀ। ਤਾਂ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹਾਲਾਤ ਰਹਿਣਗੇ? ਦੇਖੋ ਜਿਹੜੀ ਮਾਨਸੂਨ ਦੀ ਅਕਸ਼ੀ ਰੇਖਾ ਜਾਂ ਮਾਨਸੂਨੀ ਰੇਖਾ ਦਾ ਧੁਰਾ ਜਿਹੜਾ ਹੈਗਾ ਉਹ ਆਉਣ ਅੱਜ ਗੰਗਾਨਗਰ ਤੋਂ ਲੈ ਕੇ ਰੋਹਤਕ ਹੁੰਦਾ ਹੋਇਆ ਗੁਜ਼ਰ ਰਿਹਾ। ਠੀਕ ਹੈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉੱਤਰ ਵਾਲੇ ਪਾਸੇ ਨੂੰ ਜਾਏਗਾ, ਮਤਲਬ ਕਿ 10 ਅਗਸਤ ਆਉਂਦੇ ਆਉਂਦੇ ਇਹ ਤਰਾਈ ਏਰੀਏ ਦੇ ਵਿੱਚ ਪਹੁੰਚ ਜਾਏਗਾ, ਪਹਾੜਾਂ ਦੀਆਂ ਪੈਰਾਂ ਦੇ ਵਿੱਚ ਪਹੁੰਚ ਜਾਏਗਾ। ਤਾਂ ਫਿਰ ਇਹਦੇ ਕਰਕੇ ਹੋਏਗਾ ਕੀ? ਇਹ ਮੈਂ ਕੇਵਲ ਉੱਤਰ ਪੱਛਮ ਭਾਰਤ ਦੀ ਗੱਲ ਕਰਨੀ ਚਾਹਾਂਗਾ ਇੱਥੇ ਕਿ ਉੱਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 50 ਤੋਂ 75% ਏਰੀਏ 'ਚ ਵਰਖਾ ਹੋਏਗੀ ਅਗਲੇ 5 ਦਿਨ, ਅਤੇ ਕਿਤੇ ਕਿਤੇ ਭਾਰੀ ਵਰਖਾ ਵੀ ਹੋ ਸਕਦੀ ਹੈ। ਕਲੀਅਰ? ਅਤੇ ਇਸੇ ਟਾਈਮ 'ਤੇ ਰਾਜਸਥਾਨ, ਪੰਜਾਬ, ਹਰਿਆਣਾ, ਜੰਮੂ ਕਸ਼ਮੀਰ ਇਹਦੇ ਲਗਭਗ 25 ਤੋਂ 50% ਏਰੀਏ 'ਚ ਵਰਖਾ ਹੋਏਗੀ, ਮਤਲਬ ਕਿ ਵਰਖਾ ਘੱਟ ਜਾਏਗੀ ਹੁਣ ਕੇਵਲ 25 ਤੋਂ 50% ਏਰੀਏ 'ਚ, ਅਤੇ ਕਿਤੇ ਕਿਤੇ ਜਿਹੜਾ ਹੈਗਾ ਇਹ ਭਾਰੀ ਵਰਖਾ ਵੀ 1-2 ਥਾਵਾਂ ਦੇਖਣ ਨੂੰ ਮਿਲ ਸਕਦੀ, ਜਿਵੇਂ ਕਿ ਪੂਰਬੀ ਰਾਜਸਥਾਨ ਹੋਵੇ, ਇਸ ਤੋਂ ਬਾਅਦ 'ਚ ਉੱਥੇ ਵੀ ਮੌਸਮ ਦੀ ਕਾਰਵਾਈ ਘਟਣੀ ਸ਼ੁਰੂ ਹੋ ਜਾਏਗੀ। ਅਤੇ ਬਾਕੀ ਜਿਹੜਾ ਹੈਗਾ 10 ਅਗਸਤ ਤੱਕ ਜਿਹੜੀਆਂ ਚੀਜ਼ਾਂ ਹੈਗੀਆਂ ਕੁਛ ਮੈਦਾਨੀ ਇਲਾਕਿਆਂ ਦੇ ਵਿੱਚ ਬਰਸਾਤਾਂ ਡਾਊਨ ਇਹ ਜਾਣਗੀਆਂ। ਠੀਕ ਹੈ ਜੀ, ਇਹ ਜਿਹੜਾ ਹੈਗਾ ਇਸ ਦੀ ਕਹਾਣੀ ਹੈਗੀ ਹੈ। ਤਾਂ ਨੈੱਟ ਸ਼ੈਲ ਦੇ ਵਿੱਚ ਦੇਖਣ ਤੋਂ ਪਹਿਲਾਂ ਜੇ ਤੁਸੀਂ 12 ਅਗਸਤ ਤੱਕ ਦਾ ਦੇਖੋਗੇ ਤਾਂ ਇਹਦੇ ਵਿੱਚ ਜ਼ਰੂਰ ਇਹ ਗੱਲ ਕਹੀ ਗਈ ਹੈ ਕਿ ਉੱਤਰ ਪੱਛਮ ਭਾਰਤ ਵਿੱਚ 50 ਤੋਂ 75% ਏਰੀਏ 'ਚ ਵਰਖਾ ਹੋਏਗੀ 10 ਤੋਂ 12 ਦਰਮਿਆਨ, ਪੰਜਾਬ ਅਤੇ ਰਾਜਸਥਾਨ ਨੂੰ ਛੱਡ ਕੇ, ਕਿਉਂਕਿ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਵਰਖਾ ਕੇਵਲ 25 ਤੋਂ 50% ਏਰੀਆ ਹੀ ਕਵਰ ਕਰੇਗੀ। ਤਾਂ ਨੈੱਟ ਸ਼ੈਲ ਦੇ ਵਿੱਚ ਦੇਖਣ ਦੀ ਕੋਈ ਬਹੁਤੀ ਜ਼ਰੂਰਤ ਮੇਰੇ ਖਿਆਲ 'ਚ ਨਹੀਂ ਆ ਰਹੀ, ਕਿਉਂਕਿ ਉਹੀ 25 ਤੋਂ 50% ਏਰੀਆ ਜਿਹੜਾ ਵਰਖਾ ਕਵਰ ਕਰ ਰਹੀ ਹੈ। ਜ਼ਿਲ੍ਹੇਵਾਰ ਜੇ ਆਪਾਂ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਇੱਕ ਚੀਜ਼ ਧਿਆਨ ਰੱਖਣੀ ਪਏਗੀ ਕਿ ਬੱਦਲਵਾਈ ਹੈ, ਕਿਸੇ ਵੀ ਜਗ੍ਹਾ 'ਤੇ ਕਿਸੇ ਵੀ ਟਾਈਮ 'ਤੇ ਵਰਖਾ ਹੋ ਸਕਦੀ ਹੈ, ਇਹ ਪੂਰੀ ਦੀ ਪੂਰੀ ਸੰਭਾਵਨਾ ਇਸ ਸਮੇਂ ਬਣੀ ਰਹੇਗੀ। ਪਰੰਤੂ ਵਰਖਾ ਜਿਹੜੀ ਹੈਗੀ ਹੈ ਪੈਚੀ ਰੇਨ ਹੋਏਗੀ, ਕਿ ਜਿਹੜਾ ਹੈਗਾ ਇਹ ਲੁਧਿਆਣਾ ਦੇ ਇੱਕ ਪਾਸੇ ਵਰਖਾ ਹੋ ਗਈ ਹੈ, ਇੱਕ ਪਾਸੇ ਨਹੀਂ ਹੋਈ, ਮੁੜ ਕੇ ਮਲੇਰਕੋਟਲੇ ਵਾਲੇ ਪਾਸੇ ਨੂੰ ਹੋ ਗਈ ਹੈ, ਅਤੇ ਜਿੱਥੇ ਬਦਲੀ ਵਰੀ ਹੈ ਉੱਥੇ ਚੰਗੀ ਵਰਗੀ ਹੈ। ਠੀਕ ਹੈ ਜੀ, ਤਾਂ ਦੋਸਤੋ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਸਾਰੀ ਜਗ੍ਹਾ 'ਤੇ ਹੀ ਵਰਖਾ ਜਿਵੇਂ ਦੱਸਿਆ ਹੋ ਸਕਦੀ ਹੈ। ਪਰੰਤੂ 8 ਅਗਸਤ ਤੱਕ ਇਹੋ ਜਿਹਾ ਦਿਨ ਰਹਿ ਸਕਦਾ ਜਦੋਂ ਵਰਖਾ ਦੀ ਮਿਕਦਾਰ ਜਾਂ ਦਰ 64.4 ਮਿਲੀਮੀਟਰ ਤੱਕ ਜਾ ਸਕਦੀ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ ਇਹ ਹਲਕੀ ਵਰਖਾ ਇਹਨਾਂ ਦਿਨਾਂ ਦੇ ਦਰਮਿਆਨ ਹੋ ਸਕਦੀ ਹੈ। ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, SS ਨਗਰ ਹਲਕੀ ਵਰਖਾ। ਠੀਕ ਹੈ ਜੀ, ਇਹ ਰੂਪਨਗਰ ਦੇ ਵਿੱਚ ਜਿਹੜਾ 8 ਤਰੀਕ ਨੂੰ ਜਿਹੜੀ 64.4 ਮਿਲੀਮੀਟਰ ਤੱਕ ਵਰਖਾ ਜਾ ਸਕਦੀ ਹੈ। ਅਤੇ ਮੌਸਮੀ ਵਾਰਨਿੰਗ ਕੋਈ ਨਹੀਂ ਪੰਜਾਬ ਦੇ ਵਿੱਚ, ਕਿਸੇ ਕਿਸਮ ਦੀ ਕੋਈ ਵਾਰਨਿੰਗ ਜਾਰੀ ਨਹੀਂ ਹੋਈ ਇਸ ਸਮੇਂ ਦੌਰਾਨ, ਕਿਉਂਕਿ ਵਰਖਾ ਘੱਟ ਰਹੀ ਹੈ ਨਾ, ਕਿ ਜਿਹੜੀ ਮਾਨਸੂਨ ਦੀ ਅਕਸ਼ੀ ਰੇਖਾ ਉਹ ਫੁੱਟ ਹਿੱਲ ਵਾਲੇ ਪਾਸੇ ਨੂੰ ਜਾ ਰਹੀ ਹੈ। ਅਤੇ ਵਾਰ ਵਾਰ ਕਹਿ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਵਰਖਾ ਨਹੀਂ ਹੋਣੀ, ਵਰਖਾ ਹੋਏਗੀ, ਜਿਵੇਂ ਅੱਜ ਸਵੇਰੇ ਹੀ ਸਾਡੇ ਏਰੀਏ ਚੰਗੀ ਵਰਖਾ ਦੇਖਣ ਨੂੰ ਮਿਲੀ ਹੈ, ਲੇਕਿਨ ਵਰਖਾ ਏਰੀਆ ਘੱਟ ਕਵਰ ਕਰੇਗੀ, ਪੈਚੀ ਰੇਨ ਹੋਏਗੀ ਜਿਹੜੀ ਕਿ ਕੁਛ ਜਗ੍ਹਾ 'ਤੇ ਹੋਗੀ, ਕੁਛ ਏਰੀਆ ਛੱਡਤਾ ਫਿਰ ਹੋਗੀ ਵਰਖਾ। ਚੰਡੀਗੜ੍ਹ ਦੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ, ਕੋਈ ਵਾਰਨਿੰਗ ਨਹੀਂ ਹੈਗੀ। ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰਕਸ਼ੇਤਰ, ਕੈਥਲ, ਕਰਨਾਲ ਇੱਥੇ ਵੀ ਜਿਹੜਾ ਹੈਗਾ ਮੱਧਮ ਦਰਜੇ ਦੀ ਵਰਖਾ ਇਸ ਸਮੇਂ ਦੇਖਣ ਨੂੰ ਮਿਲ ਸਕਦੀ ਹੈ। ਮਹਿੰਦਰਗੜ੍ਹ, ਰਵਾਰੀ, ਝੱਜਰ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ, ਪਾਣੀਪਤ, ਹੁਣ ਇੱਥੋਂ ਦੇ ਲਗਭਗ 25 ਤੋਂ ਲੈ ਕੇ 50% ਏਰੀਏ ਦੇ ਵਿੱਚ ਸੰਭਾਵਨਾ ਬਣੀ ਰਹੇਗੀ ਕਿ 64.4 ਮਿਲੀਮੀਟਰ ਤੱਕ ਵਰਖਾ
ਹੋ ਸਕਦੀ ਹੈ। ਸਿਰਸਾ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਫਤਿਹਾਬਾਦ, ਹਿਸਾਰ, ਜੀਂਦ ਹਲਕੀ ਵਰਖਾ, ਭਿਵਾਨੀ ਮੱਧਮ ਦਰਜੇ ਦੀ ਵਰਖਾ, ਚਰਖੀ ਦਾਦਰੀ ਮੱਧਮ ਦਰਜੇ ਦੀ ਵਰਖਾ ਹੋ ਸਕਦੀ ਹੈ ਇਸ ਸਮੇਂ ਦੇ ਦੌਰਾਨ। ਤਾਂ ਦੋਸਤੋ, ਮੌਸਮੀ ਵਾਰਨਿੰਗ ਹਰਿਆਣਾ ਦੇ ਲਈ ਵੀ ਕੋਈ ਨਹੀਂ ਹੈਗੀ, ਬਿਲਕੁਲ ਗ੍ਰੀਨ ਹੈ। ਗੱਲ ਕਰੀਏ ਗੰਗਾਨਗਰ ਹਨੂੰਮਾਨਗੜ੍ਹ ਦੀ, 7 ਅਤੇ 8 ਅਗਸਤ ਦੇ ਦਰਮਿਆਨ 6 ਨੂੰ ਵੀ ਵਰਖਾ ਹੋ ਸਕਦੀ ਹੈ, ਕੁਝ ਏਰੀਏ 'ਚ ਵਰਖਾ ਹੋ ਸਕਦੀ ਹੈ। 9 ਨੂੰ ਜਿਹੜਾ ਹੈਗਾ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ, 10 ਅਤੇ 11 ਇਹ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਇਸ ਜਗ੍ਹਾ 'ਤੇ। ਜੰਮੂ ਜੀ ਲਗਾਤਾਰ, ਕਿਉਂਕਿ ਜਿਹੜੀ ਹੈਗੀ ਹੈ ਮਾਨਸੂਨ ਦੀ ਅਕਸ਼ੀ ਰੇਖਾ ਇੱਧਰ ਨੂੰ ਜਾ ਰਹੀ ਹੈ, ਅਤੇ ਲਗਾਤਾਰ ਇਹ 11 ਅਗਸਤ ਤੱਕ ਵਰਖਾ ਹੋਣ ਦੀ ਸੰਭਾਵਨਾ ਬਰਕਰਾਰ ਰਹੇਗੀ। ਰਹੀ ਗੱਲ ਪੱਛਮੀ ਉੱਤਰ ਪ੍ਰਦੇਸ਼ ਦੀ, ਤਾਂ ਪੱਛਮੀ ਉੱਤਰ ਪ੍ਰਦੇਸ਼ ਦੇ ਲਈ ਖਾਸ ਤੌਰ 'ਤੇ ਤਰਾਈ ਵਾਲੇ ਇਲਾਕਿਆਂ ਦੇ ਵਿੱਚ ਤਾਂ ਪਤਾ ਲੱਗ ਹੀ ਗਿਆ ਕਿ ਅਗਲੇ 5 ਦਿਨਾਂ ਦੇ ਵਿੱਚ ਕਿਤੇ ਕਿਤੇ ਭਾਰੀ ਵਰਖਾ ਵੀ ਹੋ ਸਕਦੀ ਹੈ। ਬਾਕੀ ਇਹ ਤੁਸੀਂ ਦੇਖੋਗੇ ਕਿ 6 ਤਰੀਕ ਨੂੰ ਲਗਭਗ 25% ਏਰੀਏ ਦੇ ਵਿੱਚ ਵਰਖਾ ਹੋ ਸਕਦੀ ਹੈ, ਇਹ ਜਿਹੜਾ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ, ਜਦੋਂ ਕਿ ਪੱਛਮੀ ਉੱਤਰ ਪ੍ਰਦੇਸ਼ ਦੇ 50 ਤੋਂ 75% ਏਰੀਆ ਵਰਖਾ ਕਵਰ ਕਰ ਸਕਦੀ ਹੈ। ਇਸੇ ਤਰੀਕੇ ਨਾਲ 7-8 ਨੂੰ ਜਿਹੜਾ ਹੈਗਾ ਕਿ ਚੰਗਾ ਏਰੀਆ ਵਰਖਾ ਕਵਰ ਕਰ ਸਕਦੀ ਹੈ। ਤਾਂ ਦੋਸਤੋ, 9 ਤਰੀਕ ਨੂੰ ਵੀ ਜਿਹੜਾ ਹੈਗਾ ਪੱਛਮੀ ਉੱਤਰ ਪ੍ਰਦੇਸ਼ ਦੇ 25 ਤੋਂ 50% ਏਰੀਏ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਪ੍ਰਗਟ ਕੀਤੀ ਹੈ। ਇਹ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਇਸ ਸਮੇਂ ਦੇ ਦੌਰਾਨ ਭਾਰੀ ਵਰਖਾ ਵੀ ਹੋ ਸਕਦੀ ਹੈ। ਤਾਂ ਦੋਸਤੋ, ਇਹ ਸੀਗਾ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਇਹ ਜੋ ਮੌਸਮ ਕਿਸ ਤਰੀਕੇ ਦਾ ਰਹੇਗਾ 9 ਅਗਸਤ 2021 ਤੱਕ ਦਾ। ਤਾਂ ਨੈਟਸ਼ੈਲ ਦੇ ਵਿੱਚ ਜੋ ਇਹ 'ਚੋਂ ਨਿਕਲ ਕੇ ਆਇਆ ਉਹ ਇਹੀ ਹੈ ਕਿ ਪੂਰਾ ਉੱਤਰ ਪੱਛਮ ਭਾਰਤ ਹੈ ਜੋ ਇਸ ਏਰੀਏ ਦੇ ਵਿੱਚ ਤੁਹਾਡੇ ਦੇਖਣ ਦੇ ਵਿੱਚ ਆਏਗਾ ਕਿ ਵਰਖਾ ਦੀ ਜਿਹੜਾ ਏਰੀਆ ਵਰਖਾ ਘੱਟ ਕਵਰ ਕਰੇਗੀ। ਜਿਹੜੀ ਮਾਨਸੂਨ ਦੀ ਅਕਸ਼ੀਯ ਰੇਖਾ ਉਹ ਜਿਹੜੀ ਹੈਗੀ ਹੈ ਪਹਾੜਾਂ ਦੀ ਤਲਹੱਟੀ ਵਾਲੇ ਪਾਸੇ ਜਿਹੜਾ ਤਰਾਈ ਵਾਲੇ ਇਲਾਕੇ ਦੇ ਵਿੱਚ ਸ਼ਿਫਟ ਹੋ ਜਾਏਗੀ, ਜਿਹਦੇ ਕਰਕੇ ਜਿਹੜੇ ਜ਼ਿਲ੍ਹੇ ਪਹਾੜਾਂ ਦੇ ਨਾਲ ਲੱਗਦੇ ਹੈਗੇ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵਰਖਾ ਥੋੜ੍ਹੀ ਜਿਹੀ ਜ਼ਿਆਦਾ ਹੋਏਗੀ। ਜੋ ਪਹਾੜਾਂ ਤੋਂ ਦੂਰ ਜ਼ਿਲ੍ਹੇ ਹੈ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵਰਖਾ ਥੋੜ੍ਹੀ ਜਿਹੀ ਇਹ ਘੱਟ ਹੋਏਗੀ। ਤਾਂ ਮਤਲਬ ਇਹ ਨਹੀਂ ਕਿ ਵਰਖਾ ਨਹੀਂ ਹੋਏਗੀ, ਵਰਖਾ ਜਿਹੜਾ ਹੈਗਾ ਅਲੱਗ ਅਲੱਗ ਟਾਈਮ 'ਤੇ ਅਲੱਗ ਅਲੱਗ ਏਰੀਆ ਕਵਰ ਕਰਦੀ ਰਹੇਗੀ। ਤਾਂ ਉਮੀਦ ਕਰਦਾ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਸਹਾਇਕ ਸਿੱਧ ਹੋਏਗੀ। ਜੇਕਰ ਤੁਸੀਂ ਇਹ ਮਾਨਚਿੱਤਰ ਭਾਰਤ ਦਾ ਦੇਖਦੇ ਹੋ ਤਾਂ ਤੁਹਾਨੂੰ ਇੱਥੇ ਸਪੱਸ਼ਟ ਹੁੰਦਾ ਹੈ ਕਿ ਇਹ ਦੇਖੋ ਜੀ 6 ਤਰੀਕ ਨੂੰ ਜਿਹੜੀ ਭਾਰੀ ਵਰਖਾ ਹੈਗੀ ਹੈ ਇਹ ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਅਤੇ ਪੂਰਾ ਜਿਹੜਾ ਹੈਗਾ ਮੱਧ ਪ੍ਰਦੇਸ਼ ਕਵਰ ਕਰ ਰਹੀ ਹੈ। 7 ਤਰੀਕ ਨੂੰ ਇਹ ਇੱਕ ਲੰਮੀ ਲਸਰ ਜਿਹੜੀ ਕਿ ਪੱਛਮੀ ਮੱਧ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਕਵਰ ਕਰਦੀ ਹੈ। ਬਾਕੀ ਇਹ ਕੋਈ ਵਾਰਨਿੰਗ ਨਹੀਂ ਹੈਗੀ, 8 ਨੂੰ ਕੋਈ ਵਾਰਨਿੰਗ ਨਹੀਂ, 9 ਨੂੰ ਕੋਈ ਵਾਰਨਿੰਗ ਨਹੀਂ, 9 ਨੂੰ ਕੇਵਲ ਉੱਤਰਾਖੰਡ ਦੇ ਵਿੱਚ ਇਹਨਾਂ ਨੇ ਵਾਰਨਿੰਗ ਜਾਰੀ ਕੀਤੀ ਹੈ, ਅਤੇ ਪੂਰਬੀ ਭਾਰਤ ਦੇ ਵਿੱਚ ਤਾਂ ਜਿਹੜੀ ਹੈਗੀ ਵਾਰਨਿੰਗ ਹੈ। ਧੰਨਵਾਦ ਦੋਸਤੋ।